Mas era? Ti é valen? Allah faat na shuto rete. Tu thine. Main kide jaawna main aa vindi ji amu kapde da pata karan vaste. Te tu buu ade kol utappya main te ghar nahi ho je kar lenda. Hai? ਧਾਰ ਨਹੀਂ ਉਜੇ ਕਰ ਲੈਂਦਾ ਓ ਇੰਜ ਜਾਇ ਧਾਰ ਮੈਂ ਚੱਤਾਰ ਤਾਂ ਲਾਵਾ ਮੂੰ ਅਸਲ ਵਿੱਚ ਤੈਨੂੰ ਪਤਾ ਵੀ ਥਣਾ ਦੱਸੀ ਜਾਣੇ ਤੇ ਆੜਾ ਤੇ ਹੋਰ ਬੰਦਾ ਤੋਂ ਹੀ ਨਹੀਂ ਫੇ ਮਸੇਰ ਤੇ ਜਿਹੜੇ ਇਹਨਾਂ ਮੁਨਸ਼ੀ ਉਹ ਤੈਨੂੰ ਪਤਾ ਹੈ ਧਪਲਿਆਂ ਤੂੰ ਧਪਲੇ ਮਾਰੀ ਰੱਖ ਦਿੰਦਾ ਦਟੂ ਆਇਨ ਤੇ ਹੇਤ ਦਟੂ ਨੰਦਰ ਤੇ ਨੌ ਦਟੂ ਵਈਦੇ ਅੱਛਾ ਮਸੇਰ ਤੈਨੂੰ ਇਹ ਵੀ ਪਤਾ ਹੈ ਕਿ ਸਾਡਾ ਵੀ ਦਿਲ ਸਿੱਖਦਾ ਵੀ ਸਾਡੇ ਮਲਵੇਰ ਮਸੇਰ ਸਾਡੇ ਘਰ ਆਏ ਕਰਨ ਤੂੰ ਦੋ ਤਰਾ ਦਫਾ ਮੈਂ ਤੈਨੂੰ ਵੇਖਿਆ ਕਿ ਤੂੰ ਬੂਹੇ ਦੇ ਕੋਲ ਟਾਵੇ ਨਾ ਸਾਰੇ ਘਰ ਚੱਕਰ ਨਹੀਂ ਉਲੈਂਦਾ ਇਹ ਕੰਮ ਦੁਨੀਆ ਤੇ ਨਹੀਂ ਮੁੱਕਦੇ ਪਤਾ ਨੂਰਤ ਹੀ ਡਾਲੇ ਹਾਂ ਤੋ ਜੇ ਦਲਾਂ ਐਸੀਆਂ ਹੁੰਦੀਆਂ ਜਿਹੜੀਆਂ ਬੰਦੇ ਨੂੰ ਨਾ ਪਿੱਛੇ ਪਤਾ ਲੱਗਦਾ ਹੈ ਜਿਵੇਂ ਆਂਦੇ ਸਿਆਣਿਆਂ ਦੇ ਆਵਲਿਆਂ ਦੇ ਭਾਜੀ ਦਾ ਸਾਹ ਚੜਤੇ ਰਹਾ ਹੁੰਦਾ ਅੱਛਾ ਅਦਰ ਨਿਤ ਅਸੀਂ ਤੁਹਾਡੇ ਬੂਹੇ ਤੇ ਅੰਦਰ ਜਾਂਦੇ ਰਹੀਏ ਤੁਹਾਡਾ ਆਵਾਰ ਦਵਾਰ ਤੁਹਾਡੇ ਵਸਨੀਕ ਦੇ ਬੰਦੇ ਪਤਾ ਹੀ ਥੀ ਆਸਨ ਹੁਣ ਹਾਲਾਤ ਇੰਜੇ ਹੋਏ ਥਲੇ ਪਿਤਰੇਰੀ ਨਾਲ ਪਿਤਰੇਰ ਭਿੜੇ ਥਲੇ ਮਸੇਰੀ ਨਾਲ ਮਸੇਰ ਭਿੜੇ ਥਲੇ ਮਲਵੇਰਾ ਨਾਲ ਮਸੇਰ ਭਿੜੇ ਥਲੇ ਚੌਥੇ ਦੇ ਪਤਾ ਲੱਗਦਾ ਪਿਤਰੇਰ ਜਨਾਬ ਪਿਤਰੇਰ ਨੂੰ ਲਾਇ ਤੇ ਉੱਡਦੇ ਆ ਰਾਤੀ ਮਸੇਰ ਪਿਆ ਹੋ ਜਨਾਬ ਉਹਨੂੰ ਲਾਇ ਤੇ ਉੱਡਦੇ ਆ ਮੈਂ ਨਹੀਂ ਚਾਹੁੰਦਾ ਭਈ ਤੁਹਾਡੀ ਸਾਡੇ ਉੱਤੇ ਦਾਤ ਹੋਵੇ ਤੁਸੀਂ ਸਾਡੇ ਸਾਥ ਆਤਰੀ ਵੀ ਰਿਸ਼ਤੇਦਾਰ ਹੋ ਅਸੀਂ ਤੁਹਾਨੂੰ ਤਜ ਤੇ ਰਸਣਾ ਚਾਹੁੰਦੇ ਆ ਤੁਸੀਂ ਕਾਜੀ ਕੇ ਰੱਖਣਾ ਚਾਹੁੰਦੇ ਹੋ ਤੇ ਮੇਰਾ ਦਿਲ ਕਰੇਂਦਾ ਵੀ ਜਿਹੜੇ ਅਸੀਂ ਮਸੇਰ ਮਲਵੇਰ ਫੁਫੇਰ ਹਾਂ ਨਾ ਅਸੀਂ ਉਹ ਜੇ ਨਹੀਂ ਆ ਮੇਰਾ ਦਿਲ ਮੰਨਦਾ ਓਏ ਆ ਤੂਤਾ ਵਿੱਚੋਂ ਬਹੁਤ ਪੁੰਮਦਾ ਹੀ ਜਿਹੜਾ ਆ ਹੈ ਪਤਾ ਹੀ ਨਹੀਂ ਲੱਗਦਾ ਬੰਦੇ ਦਾ ਬੰਦਾ ਇੰਜ ਤਿਲਸਦਾ ਜਿਵੇਂ ਰੇਤ ਦੇ ਉੱਤੋਂ ਤਿਲਸਦਾ ਦੋ ਤਰਾਏ ਵਾਰੀ ਮੈਂ ਆਵਣਾ ਹਾਂ ਮੈਂ ਦੱਲਾਂ ਥਰੀਆਂ ਨੇ ਹੋਣੀਆਂ ਮਿੱਠੀਆਂ 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 ਥਰਾ ਤੇ ਜਨਾਬ ਤੁਹਾਡੇ ਪੈਰਾਂ ਠੁਪਾਣੀ ਨਿਕਲਣਾ ਸ਼ੁਰੂ ਹੋ ਜਾਣਾ ਮੁੜ ਝੱਟ ਤੋਂ ਪਿੱਛੇ ਦਾਲ ਹੋ ਜਾਣੀ ਦੋੜਿਆਂ ਤੇ ਮਾਈਆਂ ਦੀ ਮਾਈਆਂ ਤੋਂ ਦਾਲ ਫੋਲਾ ਲਾ ਜਾਸੀ ਫੋਲ ਤੂੰ ਤਪੜਿਆਂ ਤੇ ਜੁੱਤੀਆਂ ਤੇ ਆ ਜਾਸੀ ਹੱਟ ਤੇ ਟੱਚ ਫੋਨ ਤੇ ਦੱਲਾਂ ਸ਼ੁਰੂ ਹੋ ਜਾਸੀ ਮੁੜ ਮੌਲਵੀ ਤੇ ਦਾਲ ਆ ਜਾਸੀ ਮੌਲਵੀ ਵਾਲੀ ਦਾਲ ਅਸਾਂ ਤਾਂ ਨਹੀਂ ਮੰਨਣੀ ਮੁੜ ਸਾਨੂੰ ਉਡਣਾ ਪਾਉਣਾ ਅੱਛਾ ਇੱਕ ਤੇ ਨਾਲ ਗੱਲ ਕਰਨੀ ਆ ਹੈ ਕੋਈ ਸ਼ਾਦੀ ਦਾ ਕੋਈ ਨਹੀਂ ਪ੍ਰੋਗਰਾਮ ਬਣਾਈ ਵਦਾ ਸ਼ਾਦੀ ਦਾ ਸ਼ਾਦੀ ਤੇ ਜਿਹੜਾ ਧਾਰ ਸੱਦੇ ਵੱਧ ਜਾਣਾ ਪਾਏ ਸੋਨੇ ਉਧਰ ਵੀ ਪਾਮ ਨਾ ਥਾ ਪੀ ਵੀ ਹਮਨਾ ਵੇ ਤੇਰੀ ਸ਼ਾਦੀ ਏ ਬਲਾ ਖੁਦਾ ਦੀ ਉਹ ਸਾਥਿਆ ਤੂੰ ਮੇਰੀ ਸ਼ਾਦੀ ਦਾ ਉਜਾੜਾ ਤਰਨ ਤੇ ਲੱਦੀ ਥਲੀ ਹੁਣ ਤੇਰੀ ਉਮਰ ਨਾ ਹਾਂ ਤੈਨੂੰ ਪਤਾ ਵੀ ਉਮਰ ਜਦੋਂ ਬੰਦੇ ਦੀ ਜ਼ਿਆਦਾ ਹੋ ਜਾਵੇ ਨਾ ਬਾਕੀ ਰਿਸ਼ਤਾ ਹੀ ਨਹੀਂ ਦਿੰਦਾ ਅੱਛਾ ਹੁਣ ਤੇਰੀ ਹਾਲੇ ਹਾਲੇ ਉਮਰ ਜ਼ਿਆਦਾ ਹੁੰਦੀ ਜਾਂਦੀ ਅੱਛਾ ਮੇਰੀ ਉਮਰ ਢੇਰ ਹੁੰਦੀ ਜਾਂਦੀ ਤੇ ਆਪਣੀ ਉਮਰ ਵੇਖੀ ਹੈ ਜਿਹੜੀ ਵੱਡੀ ਬੋਏੜ ਤੋਂ ਨਹੀਂ ਲੰਮਤੀਆਂ ਥਲੀ ਹੁੰਦੀਆਂ ਉਹ ਤਾਰਾਂ ਜਈਆਂ ਉਹਨਾਂ ਦੇ ਬਰਾਬਰ ਤੂੰ ਵੀ ਹੋਈ ਥਲੀ ਆਪਣੇ ਆਪ ਨੂੰ ਤੂੰ ਸਮਝਨੀ 14 ਸਾਲ ਦੀ ਨਿਰੋਲ ਬੱਚੀ ਮੈਂ ਨਹੀਂ ਵੇ ਮੇਰੀ ਉਮਰ ਢੇਰ ਹੈ ਤੇਰੇ ਤੋਂ ਪਰ ਛੋਟੀ ਆ ਜ਼ਿਆਦਾ ਨਹੀਂ ਤਾਂ 15 ਸਾਲ ਚ ਜਾਂਦੀ ਸੀ ਤੇ ਪਈ ਐ ਮੈਂ ਉਹ ਸੈਲੀ ਦੇ ਘਰ ਵੈਂਦੀ ਪਿਆ ਮੈਂ ਚਾਵਣਿਆਂ ਨੂੰ ਕੱਪੜੇ ਤੇ ਉਹ ਕੱਪੜੇ ਚਾਵਣ ਜਾ ਮੇਰੀ ਹਿੱਤ ਦਲ ਦਾ ਧਿਆਨ ਰੱਖੀ ਨੂਰੋ ਅਸੀਂ ਉਹ ਸਾਥਿਆ ਭਾਵੇਂ ਦਰਿਆ ਆ ਜੀਏ ਇਸ ਕੰਨੀ ਤੇ ਵੀ ਤੇ ਭਾਵੇਂ ਉਸ ਕੰਨੀ ਤੇ ਹੋਵੀਏ ਲੇਕਿਨ ਤੁਸੀਂ ਸਾਡੀਆਂ ਇਸ ਤਾਂ ਹੋ ਅਜਾ ਰਸਾਂ ਸੁਣ ਲਿਆ ਨਾ ਵਿੱਚ ਸਿਆਰੇ ਦਾਇਰੇ ਨਾਲ ਤੁਹਾਡੀ ਤਾਂ ਦਾਲ ਬਾਤ ਉਸ ਦਾੜੇ ਅਸਾਂ ਤੁਹਾਡਾ ਲਓ ਵੀ ਛੱਡਣਾ ਨੇ ਓ ਹੈਲੋ ਉਹ ਕੋਈ ਹੋਰ ਹਸਣ ਜਿਹੜੀਆਂ ਅੱਖ ਮੇ ਟੱਕੇ ਲੜਾਈ ਵਧੀ ਹੁੰਦੀ ਹਨ ਗੈਰਾ ਮਰਦਾਂ ਨਾਲ ਤੇ ਸਿਰ ਤੇ ਲੜ ਚੜ ਤੇ ਤੂੰ ਹੀ ਸਰ ਨੂਰੋ ਜੀ ਜੂਆਂ ਨੂੰ ਹਵਾ ਲਵੈਂਦੀ ਬਣੀ ਹੈ ਤੂੰ ਵਿੱਚ ਆਟੋ ਵਿੱਚ ਜਦੋਂ ਵੀ ਟਕਰਿਆ ਜੂਆਂ ਦਾ ਨਾਂ ਲਈ ਆਈ ਮੈਨੂੰ ਹੈਕ ਜੂ ਕੋਈ ਨਹੀਂ ਹੈ ਇਹਦਾ ਮਤਲਬ ਹੈ ਵੀ ਤੇਰੇ ਸਿਰੇ ਚ ਲਾਜ਼ਮੀ ਹੋਣਾ ਅੱਛਾ ਚੱਲ ਠੀਕ ਤੇ ਜਾ ਹੁਣ ਮੈਂ ਵੈਂਦੀ ਪਈ ਆ ਓਏ ਹੋਏ ਉਹ ਤੜਮੀਆਂ ਮੈਂ ਤੈਨੂੰ ਤੀਵੇਂ ਦੱਸਾਂ ਵੀ ਮੈਂ ਤੈਨੂੰ ਕਿਤਨਾ ਚਾਹਨਾ ਪਰ ਅਦੂ ਸਾਥਿਆ ਉਸ ਤੋਂ ਬਚਦਾ ਜਿਹੜੀ ਤੁਹਾਡੇ ਧਾਰੋ ਬੈਠੀ ਹੋਈ ਜਾਂ ਉਹ ਸਾਥਿਆ ਤੁਹਾਡੇ ਤਰੀਬ ਹੋਣਾ ਤੇ ਤੁਹਾਡੇ ਪਿਓ ਭੈਲ ਪਲਨ ਦੀ ਆਥਣਾ ਜਿੱਤਣ ਤਾਈਂ ਫਰਜ਼ਾਨਾ ਦਾ ਨਹੀਂ ਟਾਰ ਰਹਿਣਾ ਉਤਣ ਤਾਈਂ ਨੂਰੋ ਦੇ ਹੱਥਾਂ ਤੇ ਮਹਿੰਦੀ ਨਹੀਂ ਲਾ ਦੋ ਸਦਦੀ ਨਾ ਫਰਜ਼ਾਨਾ ਸਾਥਿਆ ਚੂਤਾ ਛੱਡਣਾ ਤੇ ਨਾ ਸਾਡੇ ਦਿਲਾਂ ਦੀਆਂ ਪੂਰੀਆਂ ਹੋਣੀਆਂ ਉਹ ਤੇ ਫਰਜ਼ਾਨਾ ਆਪਾ ਨੂਰੋ ਕਿਤੇ ਗਈ ਅੱਛਾ ਬਾਬਾਰ ਕਿਤੇ ਨਿਕਲੀ ਆ ਨਾ ਅਜ ਸੁੱਕਾ ਧਰਿਆ ਨਾ ਕੋਤੇ ਕਿਤੇ ਦੂਨ ਵਗ ਗਿਆ ਆਪਾ ਮੈਂ ਬਖਾ ਛੱਡਾਂ ਦੇ ਨਹੀਂ ਮੇਰੇ ਪੁੱਤ ਨਹੀਂ 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 ਕੋਈ ਨਹੀਂ ਆਪਣੀ ਨਾ ਨਹੀਂ ਮੇਰੇ ਪੁੱਤ ਕੋਈ ਤੇ ਨੂਰੋ ਇੱਥੇ ਵਧੀ ਤਾਂ ਨਹੀਂ ਨੂਰੋ ਅੱਬਾ ਸੱਦਾ ਪਈ ਤੂੰ ਮਜ਼ਦੂਰ ਮੈਂ ਤੇਰੇ ਕੋਲ ਕਰਾਉਣਾ ਨਾ ਮੇਰੀ ਦੀ ਨਾ ਨਾ ਆਵਾਜ਼ ਕਰਤੀ ਕਿਤੇ ਗਈ ਆ ਹਾਂ ਅੱਬਾ ਮੈਂ ਕੱਪੜੇ ਦਾ ਪਤਾ ਕਰਨ ਗਈ ਆ ਕਾਲੀ ਆਦੀ ਵੇ ਕੱਪੜੇ ਕੇ ਹੋ ਗਏ ਨਹੀਂ ਨਹੀਂ ਸਿੰਦੀ ਪਈ ਅਰੇ ਅੱਬਾ ਕਿਸੇ ਹੋਰ ਦੀ ਸ਼ਾਦੀਆਂ ਨੇ ਪਈ ਤੂੰ ਨਾਨੇ ਕੱਪੜੇ ਉਹ ਸਿੰਦੀ ਪਈ ਆਈ ਅੱਛਾ ਅੱਬਾ ਸਿਰ ਤੇ ਕੱਪੜੇ ਕਾ ਪਈ ਨੂੰ ਅੱਬਾ ਮਸੇਰ ਟੱਪਿਆ ਜਾਂਦਾ ਆਈ ਕੱਲੂ ਹਾਂ ਕੀ ਆਦਾ ਕੁਛ ਵੀ ਨਹੀਂ ਮੈਂ ਉਹਨੂੰ ਆਖੇ ਵੀ ਤੂੰ ਸਾਡੇ ਘਰ ਹੀ ਨਹੀਂ ਆਉਂਦਾ ਤੇ ਆਂਦਾ ਮੇਰੇ ਕੋਲ ਟਾਈਮ ਹੀ ਕੋਈ ਨਹੀਂ ਆਉਂਦਾ ਕਮਲੀ ਜੀ ਆੜਤ ਦਾ ਕੰਮ ਹੈ ਅੱਜ ਕੱਲ ਕਣਕ ਇਹ ਵਿਚਾਰਾ ਉਦਾਸ ਹੋਇਆ ਅੱਬਾ ਸਾਡਾ ਵੀ ਦਿਲ ਕਹਿੰਦਾ ਵੀ ਸਾਡੇ ਮਸੇਰ ਮਲਵੇਰ ਫੇਰ ਸਾਡੇ ਘਰ ਆਇਆ ਕਰਨ ਪਰ ਆਉਂਦੇ ਵੀ ਨਹੀਂ ਹੈ ਪਤਾ ਨਹੀਂ ਕਿਉਂ ਨਹੀਂ ਆਉਂਦੇ ਮੈਂ ਤਾਂ ਬੜਾ ਖੁਸ਼ ਹੋ ਗਿਆ ਅੱਜ ਆਉਂਦੇ ਅੱਛਾ ਤੇ ਤੂੰ ਸਾਹ ਤੂੰ ਬਾਹਰ ਪੀ ਆਉਣੇ ਆਯੂਰਾ ਫਰਜ਼ਾਨਾ ਬੋਲਦੀ ਕਿਉਂ ਹੈ ਉਹ ਮੇਰੀ ਵਜ੍ਹਾ ਤੂੰ ਨਹੀਂ ਆਉਂਦੇ
ਮੇਰੇ ਬੋਤ ਤੂੰ ਕਿ ਉਹਨਾਂ ਨੂੰ ਖੰਦੀ ਰਾਨੀ ਹੈ ਬਾਹਰ ਤਾਂ ਨਹੀਂ ਆਉਂਦੀ ਤੇਰੀ ਵਜ੍ਹਾ ਤੋਂ ਕਿਉਂ ਰੋਂਦੀ ਕਿਉਂ ਮੇਰੀ ਕਿਸਮਤ ਇਹ ਮੈਂ ਤੇ ਮੇਰੀ ਵਜ੍ਹਾ ਸੁਣਾਈ ਜਾਂਦੇ ਘਰ ਹੁੰਦੇ ਕਮਲੀ ਦੇਖ ਲੈ ਮੇਰੀ ਦੀ ਨਹੀਂ ਉਹਨਾਂ ਨੂੰ ਸਿਰ ਤੇ ਚਾਇਆ ਆਈ ਆ ਉਹਨਾਂ ਤਾਂ ਇਹਨੂੰ ਸਿਰ ਤੇ ਚਾਇਆ ਹੋਇਆ ਵੀ ਆਉਂਦੇ ਨਹੀਂ ਹੈ ਨਾ काम गया हो गया ना कि कोई नहीं होया पता नहीं अब्बा तुहानू पहले ही समझाए बिना नु ना दित्ते करो जेड़ा बंदा ना वापस करे ना उनानू चीज दित्ती ना अच्छा रब्बी हुन तल्लू को लगे ना हां बस बना के लाया अच्छा। तू तो सामने कोई नहीं चल पूछे क्यों रलाया दे चल ओ अपना रिश्तेदार है बाहर दा बंदा तो कोई मैं वैंदा पया ए तू हु कछु कता रख अच्छा अब्बा तो जल्दी हट पवे आ क्योंकि मैं रोटी तैयार करे दी रोटी खा ले तड़ा हुक्का ही करे नी आ हला हला कमली ना बड़ी कर अबे तो अली ओ इस वजह तो नहीं हमदे पता ही ओ पिछले साल गल होई आ भई ये मजदूर है सका ही नहीं लेनी ते सई नंदे घर कोई नहीं जाना ना मजदूर साडे गल पा छड़नी यो लखा फेरी हो जी गल करन पै दिल से ही ना होवे ता तू है मेरी बहन लोका वास्ते तू मुताज ओसे बात मेनू प्यारी है तू ठीक है ना पहले मैं तेरा घर बनावना ते उस बाद मैं अपने घर दे बारे सोचना ही ए ज़हन च ने रखी करके मेरी बहन पहले डोली च बैठ के भाग जासी ए तेरी गलत सोच है तेरी बहन तू मेरे मगर अपनी क्यों जिंदगी रो लैंदी पई है एडे सोहने साडे मसेर हम ता तू होगा अपना मेरी बहन घर बना ला मेरी ते किस्मत ही एवें दी आ ते मैनू कह लेना ना 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 मेरा प्यो बुड्ढा है तू मुताज है अगर मेरी शादी होगी तो तुम्हारी काय कर ला दे दा अरे तो ना सलाम हां ਲੱਤੇ ਉਸ ਤੰਦਾਰ ਨੂੰ ਪਤਾ ਤੋਂ ਇਹ ਨਹੀਂ ਵੀ ਪੈਸੇ ਲਾਇਆ ਹੋਇਆ ਸਾ ਤਲੂ ਤੋਰੂ ਹੈ ਰਾਤੀ ਚਵਾ ਛੱਡੀ ਸੂ ਉਹ ਤੰਜ਼ੀਰ ਦਾ ਤੰਜ਼ੀਰ ਹੋ ਜਿਸ ਵੇਲੇ ਥਾਦ ਲੈਣੀ ਆ ਉਸ ਵੇਲੇ ਤਲੂ ਨੂੰ ਫੋਨ ਜਦੋਂ ਹਲ ਵਹਾਇਆ ਉਦੋਂ ਤਲੂ ਨੂੰ ਫੋਨ ਜਦੋਂ ਪਾਣੀ ਲੱਦਦੇ ਰਹੇ ਬੇਲ ਤਲੂ ਤਾਂ ਰਹਿੰਦਾ ਰਿਹਾ ਤੇ ਤਣਾ ਤੋਂ ਸਾਥਿਆ ਉਹ ਤਾਂ ਤੇ ਅੱਜ 100 ਰੁਪਇਆ ਮਣ ਪਿੱਛੂ ਮੈਂ ਠਾਟਾ ਥਿਆ ਤਾਂ ਹੈ ਉੱਥੇ ਮੈਂ ਵੀ ਤੋਂ ਸਾਥਿਆ ਰੁਪਇਆ ਲਾਇਆ ਹੋਇਆ ਨੂੰ ਤਲੂ ਦੀਆਂ ਤੋਂ ਬਿਬਰੀਆਂ ਹਨ अच्छा तो ना बड़ी वड़ी सियासी ठार लई दस्या तेन टाइम थलाना तई तेन मैं आख्या ना बठेरी दे उत्ते हस रास्ते बई अच्छा सर तेरी हस ला दई ते उन्हें मंत्र नाल सारी ढेरी चाह छड़ी हित वारी मैनू आवन दे सौ लित्तर मारते मैं हित दिलना थंजीरा तेन आख्या भी बंदे मैनू नहीं सही लगते पर जट नू तमान सूर सथिया निचोड़ जासे मुड़ पै जासे छलिया दे उत्ते पैसे है छलिया दी दड़ था जासे हट से मुंजी ते पै जासे चलो ठीक है छोर आया था ना ते मैं मुड़ सैर ते फोन तेरे सा तो दल ना यार जेंदी दई ते निद लेंदी ना दई अच्छा हुण इंतरो मौसम है मितिया थला पलेदार सारे लाए ला हाँ माले थैन ते भावे नहीं तुसी टणा थ मिणो अपना अजले दाल सारे तो ना सा चलो पेंदा सा नहीं रुपया दित्ते बस फोन बंद करो हालत ही चाहिए नहीं यार बंदे आले हाला हारे ले तू भिड़े ही रहना है हारे ले भिड़े ही रहना हर वेले भिड़िया रहना अजय ताई बना है तुआरा जब दो दिन होना पर नहीं तो दिन उधार ते धार दी तेरे चेट ले ते दित्ती बे 5 किलो ठंड 8 किलो दियो 2 किलो साबन 2 किलो शराब नाल हित बोतल तेल दी हित डब्बा अचार दा ते 2 किलो चावल उस वेले तेरा दिमाग सही हो जासी और साढ़े सेब तो सातू पोछो दो दो त्रै त्रै चार चार धारे ਤੇ ਉਹਨਾਂ ਸਾਰਿਆਂ ਦੇ ਖਰਚੇ ਖਰਾਜਾਤ ਪੂਰੇ ਕਰਨੇ ਤੱਲੂ ਫਿੜੇ ਨਾ ਤੇ ਹੋਰ ਬੈਠੇ ਲੁੱਡੋ ਛੱਡੇ ਸਾਰਾ ਦਿਨ ਥਾਰ ਜਿਸਲੇ ਢੜ ਜਾਣਾ ਹੈ ਨਾ ਤੇ ਇਹ ਸਵਾਣੀਆਂ ਦੀ ਵੇ ਬਿਸਮਿਲਲਾ ਮੇਰਾ ਜਿਹੜੀ ਹੈ ਨਾ ਪਿਛਲੀ ਉਹ ਬੜੀ ਚੜਾ ਸਵਾਣੀ ਉਸ ਤੋਂ ਥਾਬ ਰਿਹਾ ਹਾਂ ਜਿਹੜੀ ਪਿਛਲੀ ਆਈ ਪਹਿਲੇ ਉਹ ਤਾਂ ਮਥਾ ਲਾ ਉਹ ਦਿੱਤੂ ਸਾਰੀ ਉਮਰ ਤੇਰੀ ਇੰਨੇ ਲੋਟਾਂ ਧੰਟੀ ਵਜਾਈ ਰੱਖਣੀ ਹੈ ਤੇਰੇ ਚਤੋਂ ਨਹੀਂ ਪਵਣਾ ਉਹ ਜਿਹੜੀ ਹੁਣ 30 ਤਰਨੀ ਹੈ ਨਾ ਉਹ ਤੇ ਤੂੰ ਤੋ ਹੌਲਿਆ ਸ਼ੌਲਿਆ ਵਦਾ ਬਾਤੀ ਦੋ ਤਾਂ ਇੰਜਨ ਜਿਵੇਂ ਉੱਠੇ ਦੀ ਵਧਰੀ ਆਉਂਦੀ ਤੂੰ ਉੱਤੀ ਵੀ ਆਣਾ ਆਪੂ ਦਾ ਵਾਸਤੇ ਹਿੱਕੋ ਰੱਖ ਹੈ ਹਿੱਕੋ ਰੱਖ ਹਿੱਤੋ ਰੱਖਾਂ
छुरी नाल नहीं बनाईया बे तसाईया दे फटे दूजे हाथ बना लिया ए मैनू पीर आथिया तेरे हथां ने जेड़े लेथा ना वो जेड़े लतीरा बणी होई ने वो तो पूरी होनी ही होनी भावे तुली दा तस ना रे जेने जानना उस पीर नु मैं नहीं मिला है अच्छा तू इत्थे तिने आया ओ दस मैं इस तू आया वे चाचा नहीं नूर हां उस ते रिश्ता बैठा हां रिश्ते दोस्त लोए बैठे ने हट तने तेरीया मसेरी हां उद्देश रिश्ते वास्ते बैठा हां ते तुसी ओ जरी साडे तू चेहरे अच्छा भाई जे सी तू रिश्ता मांग लईए हां सानो हां कर छोड़े हां ते बात कोई तुसी विच पंगे बात नहीं सानो तेरी लोड़े वे शैतान बनान दी अगर तुहाडा हुंदा है तो होए मर्चा उस दी वजह तू मेरे तावेड़ हर वेले मची रहंदी सवेरे उठी के ना एक कापरा गरम पानी दा अच्छा ओ पीता कर एक तेरी सेहत वास्ते तू सही रहा से ते दूए नंबर तेरा दिमाग सेट रहा सी आ जेड़ 24 घंटे तेरा दिमाग शार्ट नहीं रहंदा हां ए भी कोई ना होसी ते तू आ पीता था जेड़ा हर वेले जमना तरां दलियां च डुबदा वद हां सी पीने आ पीने ने तुसी पिंदे हो आए दल सा आई आती है चल ठीक ते जा हुन तोडा कोई इतराज तो साडा तो नहीं इतराज भाई जा मा ठीक मैनू पता चाचे दा चाचे पहले ओ मुथाज देनी उस तू बाद उसे दा तरना अल्लाह करे भाई आ ही जावे तू बारिश भी आंदी पई है अस्सलाम वालेकुम वालेकुम अस्सलाम वालेकुम अस्सलाम आज माशाल्लाह बड़े अपडेट बैठे हो है ठीक हो अल्हम्दुलिल्लाह शुक्र अल्लाह पाक दा ठीक ठाक है बिल्कुल सुना दोधी पैसे दे गया कोई ना दोधी आंदा है भाई कल नहीं तो परसों पैसे दिता ए की ड्रामा रुला है हर महीने इस बनाए हुआ है इस नाल परा और कोई बना ला चलो मैं तेन आख्या जी आज भाई एक बार जो अगर इन दो देख लें जो अगर नहीं देता तो मुड़ कोई और वेख लिया हाँ जो कल परसों तक वेख लें जो अगर ना बने तो मुड़ कोई और वेख लें अच्छा गल इ है कि मेरा भी दिल अबैर ना निकली आ अपनी बिलादरी च हो जा ब्याह रिश्ता तो केडी गल है बड़ी सोहनी गल है तो मामे हल वग जा ते ओदे कोल जेड़ा ना जाके रिश्ता मांग ला ਸਾਡੀਆਂ ਮਲਵੇਰੀ ਨੂੰ ਹੈ ਜੇ ਘਰ ਦਾ ਘਰੇ ਹੋ ਜਾਵੇ ਮੇਰਾ ਹਾਂ ਬਿਲਕੁਲ ਤੇ ਹੋਰ ਕੀ ਚਾਹੀਦਾ ਹੁਣ ਮੈਂ ਜਿੱਥੇ ਮਸੀਤ ਚ ਇਮਾਮਤ ਕਰੈਨਾ ਉੱਥੇ ਮੈਨੂੰ ਤਰੇ ਚਾਰ ਰਿਸ਼ਤੇ ਆਏ ਨੋ ਅੱਛਾ ਪਰ ਮੈਨੂੰ ਨਹੀਂ ਚੰਗਾ ਲੱਗਾ ਕਿ ਮੈਂ ਸਾਰੀ ਜ਼ਿੰਦਗੀ ਬਾਹਰ ਲਗਾ ਵਤਾ ਤੇ ਮੇਰੇ ਬੂਏ ਤੇ ਬਿਗਾਨੇ ਬੰਦੇ ਹੁੰਦੇ ਰਹਿਣ ਸਹੀ ਇਹ ਘਰ ਦੀਆਂ ਧੀਆਂ ਤੇ ਘਰ ਦੇ ਵਿੱਚ ਸਮੀਰ ਜਾਵਣ ਚੋ ਚੰਗਾ ਨਹੀਂ ਬਾਈ ਸਦੇਕ ਬਿਲਕੁਲ ਇੰਜੀ ਗੱਲ ਹੈ ਦਿਲ ਤੇ ਮੇਰਾ ਹੀ ਹੋ ਆ ਮਗਰ ਮੈਂ ਚਿੰਦਾ ਵਦਾ ਹਾਂ ਕਿ ਪਹਿਲੇ ਬਿਰਾਹ ਨਾਲ ਗੱਲ ਕਰਾਂ ਤੇ ਮੁੜ ਭਾਈ ਅਲ ਜਾਸਾਂ ਪਹਿਲੇ ਭਾਈ ਬਿਰਾਹ ਨਾਲ ਗੱਲ ਕਰ ਲਵਾਂ ਆਪ ਤੇ ਸਲਾਹ ਮਸ਼ਵਰਾ ਹੁੰਦਾ ਮੈਂ ਆਖਾਂ ਵੀ ਮੈਂ ਇੱਦੇ ਕਰਨੀ ਕੱਲ ਨੂੰ ਤੂੰ ਆਖੇ ਜੀ ਮੈਂ ਤੇ ਕੋਈ ਹੋਰ ਤਾੜੀ ਬਣਾ ਇਸ ਵਾਸਤੇ ਨਾ ਮੈਂ ਕਿ ਚੱਲ ਮੋਸਤ ਬਿਹਤਰ ਹੈ ਕਿ ਤੂੰ ਆ ਵੀ ਗੱਲ ਕਰ ਲਈਏ ਮੈਂ ਤਾਂ ਜਿਹੜਾ ਨਾ ਜਕਦਿਆਂ ਗੱਲ ਕੀਤੀ ਹੈ ਜੇ ਬੁੜੜਾ ਬੈਠਾ ਹੁੰਦਾ ਜਾਂ ਬੁੜੜੀ ਉਹਨੂੰ ਗੱਲ ਕਰਾਂ ਆਮ ਜਦੋਂ ਸਾਡਾ ਤਾਂ ਮਾਂ ਪਿਓ ਹੁੰਦਾ ਤੇ ਮੋੜ ਤੇ ਗੱਲ ਕੁਝ ਹੋਰ ਆ ਤੇ ਮੇਰੇ ਘਰ ਤੂੰ ਪਿਓ ਵੀ ਹੈ ਤੇ ਮਾਂ ਵੀ ਹੈ ਤੇਰਾ ਵੀ ਹੱਕ ਬਣਦਾ ਕਿ ਵਿਰਾਹ ਨੂੰ ਪਹਿਲੇ ਆਖਣਾ ਵੀ ਅਗਰ ਤੇਰਾ ਕੋਈ ਕਿਤੇ ਹੋਰ ਸੁਆਹ ਜਾਈ ਤਾਂ ਵੀ ਤੂੰ ਮੈਨੂੰ ਦੱਸਿਆ ਤੇ ਮੈਂ ਤੈਨੂੰ ਕਿਹੜੀ ਨਾ ਕਰਨੀ ਆ ਮੇਰਾ ਵਾਕ ਵੈਸੇ ਨਾ ਅੱਗੇ ਦੌਰ ਹੁੰਦੇ ਆ ਤੈਨੂੰ ਯਾਦ ਹੈ ਕਿ ਅੰਮਾ ਦੱਸਦੀ ਆ ਕਿ ਮੈਂ ਪੁੱਛਿਆ ਹੀ ਕੋਈ ਨਾ ਅੱਜ ਫੈਸਲਾ ਵਾਧੂ ਆਇਆ ਦਿਹਾੜੀਆਂ ਉੱਤੇ ਕਰਦੇ ਆ ਸੀ ਬਿਲਕੁਲ ਬੁਰੜਾ ਵੀ ਕਰਦਾ ਤੂੰ ਵੀ ਕਰਦਾ ਮੈਂ ਤਾਂ ਨਿੱਕਾ ਜਿਹਾ ਹੁੰਦਾ ਆ ਉਸੇ ਬਿਲਕੁਲ ਤੇ ਉਸ ਤਰ੍ਹਾਂ ਪਿੱਛੂ ਰਿਸ਼ਤਾ ਤੈਅ ਕਰ ਛੱਡਿਆ ਤੇ ਦਿਹਾੜੇ ਪਾ ਛੱਡੇ ਸ਼ਾਦੀ ਦੇ ਤੇ ਤਾਂ ਤੈਨੂੰ ਨਾ ਸੱਦਿਆ ਇੱਥੇ ਕਿ ਇੱਕ ਵਾਰੀ ਸਾਡੀ ਗੱਲ ਸੁਣ ਜਾ ਪਤਾ ਤਾਂ ਲੱਗਾ ਕੱਪੜੇ ਵਟਾ ਕੇ ਤੇ ਨਾਲ ਲੈ ਕੇ ਵਗ ਗਏ ਮਾਂ ਪਿਓ ਜਿਹੜੇ ਫੈਸਲੇ ਕਰਦੇ ਨੇ ਉਹਨਾਂ ਦੀ ਗੱਲ ਕੁਝ ਹੋਰ ਆਉਂਦੀ ਹੈ ਮਾਂ ਪਿਓ ਚੰਗਾ ਮਾੜਾ ਸਾਰਾ ਵੇਖੀ ਬੈਠਾ ਹੁੰਦਾ ਤੇ ਔਲਾਦ ਉਹ ਚੰਗੀ ਹੁੰਦੀ ਹੈ ਜਿਹੜੀ ਮਾਂ ਪਿਓ ਦੇ ਅੱਗੇ ਸਿਰ ਨਾ ਚਾਵੇ ਮੈਨੂੰ ਨਾ ਭਾਈ ਸਦੇਕ ਹੋ ਬੜੀ ਸ਼ੌਕ ਆ ਕਿ ਮੇਰਾ ਵਿਰਾਹ ਮੇਰੇ ਨਾਲ ਵੀ ਜਿਹੜਾ ਨਾ ਐਵੇਂ ਕਰਸਤੇ ਚੁੱਪ ਕੀਤਾ ਕਿ ਦੇ ਨਾ ਕਿ ਦੇ ਕਰ ਲੈ ਸੀ ਪਰ ਤੂੰ ਵੀ ਠੀਕ ਹੈ ਆਪਣੀ ਜਗ੍ਹਾ ਤੇ ਵਕਤ ਹੀ ਹੋ ਗਿਆ ਪੁੱਛਣਾ ਪੈਂਦਾ ਦੇ ਪੁੱਤ ਕੋ ਨੂੰ ਇਹ ਦੌਰ ਵੇਖਿਆ ਜੀ ਆ
इस दौर में सारा कुछ सिखा चुके। सही गल है। इस वास्ते बिरान पिछड़ना भी जरूरी है। जी हां। मैं भी चलो इस तो बेहतर है कि तू पूछ ले ते अच्छी गल है ते मैं हुन आ जांदा ते बिरान ना जाके गल करदा। अल्लाह बेहतर कर सी। मैं उम्मीद थे कि साडे नाल ओ ना सानू कोई नहीं करदा। जे डाडी गल कर भी ले ना एक टाइम बर्दाश्त करी कौड़ा जिहा बंदा है लेकिन दिल दा जे मामा बहु साफ है। कोई गल नहीं अल्लाह चंगी करे सी मेरे नाल मैनू इन्नी उम्मीद है कि मेरे नाल कौड़ी गल नहीं करदा। क्यों ਸਾਡਾ ਵੀ ਪਾਂ ਪਿਓ ਦਾ ਵੀ ਵਕਤ ਚੰਗਾ ਗੁਜ਼ਰਿਆ ਹੋਇਆ ਮੈਂ ਵੀ ਉਹਦੀ ਇੱਜ਼ਤ ਕਰਨਾ ਉਹ ਸਾਡਾ ਬਜ਼ੁਰਗ ਵੀ ਹੈ ਸਾਡਾ ਮਾਮਾ ਵੀ ਹੈ ਸਾਡਾ ਪਿਓ ਵੀ ਹੈ ਅਸੀਂ ਮਤਲਬ ਹੈ ਕਿ ਜਿਸਾਂ ਸਾਨੂੰ ਉਮੀਦ ਹੈ ਅੱਲਾ ਨਾਲ ਕਿ ਸਾਡੇ ਨਾਲ ਨਾ ਨਹੀਂ ਉਹ ਇਸ ਤੋਂ ਕਰਦਾ ਪਿਆ ਕਿ ਬੁਰੜੇ ਤੇ ਉਹਦੀ ਨਾ ਨਾ ਬੇਢੇਰ ਬਣਦੀ ਬੁਰੜਾ ਹੋਰ ਛਿਕਦਾ ਲੈਣ ਤੇ ਉਹ ਹੋਰ ਛਿਕਦਾ ਹੈ ਉਹ ਇਸ ਤੋਂ ਜੇ ਕੋਈ ਕਰ ਵੀ ਲੈ ਨਾ ਤੇ ਬਰਦਾਸ਼ਤ ਕਰ ਲਵੇਂ ਬੁਰੜਾ ਕੋਈ ਨਹੀਂ ਖੈਰ ਤੇ ਤੂੰ ਹੋਇਆ ਮੈਂ ਹੋਇਆ ਨਾ ਮੈਂ ਜਾਮਣਾ ਵਾਪਸ ਹੋ मेरे मालिक का शुक्र है तेरा शाला सिर ते होवे बड़ा बिरा ही है मेरे वास्ते तां चाचा अगर मां प्यो जींदा होंदा तो मैं तेरे बूहे ते कोई ना आना ਗੱਲ ਖੋਲ ਕੇ ਘਰ ਕੇ ਹੀ ਗੱਲ ਬਿਸਮਿਲਾ ਮੈਂ ਆਇਆ ਆਪਣੇ ਘਰ ਆਇਆ ਮੇਰਾ ਰਿਸ਼ਤੇਦਾਰ ਹੋਇਆ ਚਾਚਾ ਅਗਰ ਘਰ ਦੇ ਵਿੱਚ ਔਰਤਾਂ ਮਿਲਣਾ ਤਾਂ ਦਰਵਾਜ਼ੇ ਘਰ ਦੇ ਖੁੱਲੇ ਹੁੰਦੇ ਤੇ ਘਰ ਦੇ ਵਿੱਚ ਰੌਣਕਾਂ ਹੁੰਦੀਆਂ ਪਤਾ ਹੈ ਚਾਚਾ ਮੈਂ ਰਿਸ਼ਤੇ ਵਾਸਤੇ ਆਇਆ ਤੇ ਰਿਸ਼ਤੇ ਬਰਾਦਰੀ ਦੇ ਨੂੰ ਮੈਂ ਕੋਲ ਲਾ ਮਾਫੀ ਦਾ ਚਾਰ ਪਾਵਣਾ ਦੱਸ ਹੁਕਮ ਕਰ ਚਾਚਾ ਰਿਸ਼ਤਾ ਆਪਣਾ ਕਰਨਾ ਤਾਂ ਤੂੰ ਕਿਹੜਾ ਪਿਆਰਾ ਠੀਕ ਹੈ ਆ ਜਾ ਫਿਰ ਰਿਸ਼ਤਾ ਮੇਰੇ ਕੋਲ ਬੈਠਾ ਸਭ ਤੋਂ ਪਹਿਲੇ ਮੈਂ ਵੱਡੀ ਦਾ ਕਰ ਉਹ ਹੈ ਲੱਤਾਂ ਤੋਂ ਮਜ਼ੂਰ ਤੇ ਮੇਰੀ ਪੱਗ ਹੈ ਇਹਨੇ ਗੱਲ ਅਗਰ ਤੈਨੂੰ ਪੁੱਛਦਾ ਤਾਂ ਮੈਨੂੰ ਹਾਂ ਕਰ ਦੇ ਠੀਕ ਹੈ ਸੋਚ ਕੇ ਮੈਨੂੰ ਦੱਸ ਠੀਕ ਹੈ ਚਾਚਾ ਹਾਂ ਜਿਹੜੀ ਗੱਲ ਹੋਈ ਹਾਂ ਮੈਂ ਤਾਂ ਜ਼ਰੂਰ ਦੱਸਾਂਗਾ ਠੀਕ ਹੈ ਜਾ ਨੂਰੋ ਨੀ ਨੂਰੋ ਕੀ ਹੈ ਫਰਜ਼ਾਨਾ ਔਰ ਆਵੇਂ ਨਾ ਬਾਲੀ ਆਂਦੀ ਪਈਆਂ बिलादरी साडी आई हो जाए तेन पता मसेर भी साडे नखरेले ना सोने भी है ना घर ता मैं ता बनावा जे मेरा घर बनया होवे मैं शादी शुदा होवा ता घर बन दे हाय अकल दा बेड़ा बुड्ढे ते इनु आकड़ां भी अपना घर कोई बना ला एडे सोने जे साडे मसेर वदे उन क्यों पी अपनी जिंदगी मेरे मगर पी गोल मसेरा नु की करना हां मैनु ए त दस मसेर तोड़ा के रिश्ता मंगण तो नदर दर जावना हुन दिंगी त मैं नहीं टोर पावना मसेरा दे ते ए ते मैं अगले दिन गल कीती पहले मैं तेरा घर बनावना उस तो बाद मैं शादी करनी नो ना इंज करो ਚੌਂਦੇ ਜ਼ਿੰਦਗੀ ਇਹੀ ਹੁੰਦੀ ਹੈ ਜਿਹੜੀ ਕਿ ਆਇਆ ਚੌਂਦਿਆਂ ਦੀ ਆਇਆ ਹੁੰਦੀ ਹੈ ਪਿੱਛੇ ਨਾ ਕੋਈ ਉਸ ਆਖਿਆ ਵੀ ਕੋਈ ਪਿਆਰ ਹੁੰਦਾ ਹੀ ਨਾ ਕੋਈ ਘਰ ਹੁੰਦਾ ਹੀ ਬਸ ਤੂੰ ਆਪਣਾ ਘਰ ਬਣਾ ਲੈ ਮੈਨੂੰ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਚਾਹੀਦਾ ਮਜ਼ਦੂਰ ਤਾਂ ਮੈਂ ਰੱਬ ਤੂੰ ਹੋ ਗਈ ਹਾਂ ਮੈਨੂੰ ਇਸ ਗੱਲ ਦਾ ਦੁੱਖ ਕੋਈ ਨਹੀਂ ਕਿ ਮੈਂ ਮਜ਼ਦੂਰ ਹਾਂ ਮੈਨੂੰ ਇਸ ਗੱਲ ਦਾ ਦੁੱਖ ਖਾਦੀ ਜਾਂਦਾ ਹੈ ਕਿ ਮੇਰੀ ਵਜ੍ਹਾ ਤੂੰ ਮੇਰੀ ਨਿੱਕੀ ਭੈਣ ਐਵੇਂ ਬੈਠੀ ਹੋਈ ਅੱਬਾ ਵੀ ਨਹੀਂ ਪਿਆ ਮੰਨਦਾ ਮੈਂ ਅੱਜ ਅੱਬੇ ਦੇ ਵੀ ਪੈਰ ਫਦਨਨ ਕਿ ਅੱਬਾ ਮੇਰੀ ਭੈਣ ਦਾ ਘਰ ਛੱਡ ਮੇਰਾ ਰੱਬ ਵਾਰਿਸ ਆਪੇ ਤੈਨੂੰ ਇੱਕ ਗੱਲ ਕਰਾਂ ਜੀ ਮਜ਼ਦੂਰ ਤਾਂ ਤੂੰ ਜਿਹੜੀ ਜਿਹੜੀਆਂ ਪਰ ਦਿਮਾਗ ਤੂੰ ਫਾਰੇ ਕੇ ਮੈਂ ਕੀ ਗੱਲ ਕਰੇਨੀ ਤੂੰ ਅੱਗੋਂ ਕੀ ਕਰੇਨੀ
मेरा दिल सड़दा जिस टाइम तू रिड़दी वधी होनी है, मेरे दिल नु तकलीफ होंदी है। ए रब कीती है, किसे बंदे ता कोई नहीं कीती। इनु मान, इनु मंजूर कर, अपना घर बना। रब दी अजमाइश आगे बंदा की कर सकदा। चलो ये बात दी गल्लां, किस्मत होई तो मैं कर ले, ना होई तो मैं बैठी हां आराम नाल, सुकून नाल घर ही बैठी हां। कोई मैं भजी ता वेंदी कोई नहीं, अज दे तक कोई सुनया मेरा गिला शिकवा कोई? यो तो मैं टेंशन है, गिला शिकवा कोई नहीं सुनया। दुनिया नहीं बाली बाण देंदी, ए जेड़ी दुनिया हुंदी इत्थे बाहर तू लकड़ी चाणगे ते नाणा या नूर बट्टी दी दी या की करदी वदी। ते बाली अपनी इज्जत रख, जिवें कज्जी कजाई तेरी इज्जत है, एवें कज्जिया कजाया अपना घर बना। ते पर टोर हुण वेखी अब्बा किदे गया। चलो मैं वही नहीं आ, मेरी गल को ज़हन च रखी। ठीक ला सोणिया, मेरी बहन दा तां बना चा, मेरा तां हाल कर छड़े। ਆਇਓ ਸਭ ਦਰੋਰ ਦੀ ਉੱਥੇ ਕਣਕ ਨਾ ਆਈ ਪਈ। ਹਾਂ ਤੂੰ ਗਾਣੇ ਲੱਗੋ ਆ ਤੇ ਉਹ ਕਣਕ ਸਾਰੀ ਲੋੜ ਗਈ ਏ। ਤੇ ਆ ਗਾ ਪਿਆ। ਹਾਂ ਕਣਕ ਲੋੜ ਗਈ ਏ। ਉਹ ਥੜਮੇ ਮੂੰਹ ਵਾਲਿਆ ਥਾਪ ਤਾਨੂੰ ਡਿੱਠਾ। ਥਾਪ ਨਹੀਂ ਮੈਂ ਹਕੀਕਤ ਹੀ ਵੇਖ ਕੇ ਆਦਾ ਪਿਆ, ਜਿਹੜੀ ਘੰਟਾ ਪਹਿਲੇ ਬਾਰਿਸ਼ ਹੋਈ, ਬਾਰਿਸ਼ ਤਾਂ ਕੋਈ ਨੂੰ ਪਤਾ ਕਿਤਨੀ ਹੋਈ ਏ। ਓਏ ਸਵਾਰੀ ਮੇਰੀ ਕਿਸਮਤ ਨੂੰ ਤੇ ਹੀ ਉੱਲੀ ਲੱਦੀ ਛਲੀ ਏ। ਹਾਂ ਉਹਦੇ ਥਰ ਦੀ ਟਾਣਾ ਦੋਨਾਂ ਰਸਤੇ ਚ ਵਾ ਛੱਡੀ, ਇਹਦੇ ਸੋਨਾ ਟਰਮਾ ਵਾਲੇ ਵਸਾ ਤੇ ਉਹ ਲੁੜਾ ਛੱਡੇ। ਉਹ ਮੈਂ ਤਾਂ ਪੱਲੇਦਾਰ ਥੱਲੂ ਆ ਮੋਦੇ। ਤੂੰ ਜੇ ਗਾਣੇ ਲੱਗੋ ਆ ਅੱਲਾ ਅੱਲਾ ਕਰਿਆ ਤਾਂ ਕਣਕ ਨਾ ਲੁੱਟਦੀ, ਜੋ ਤੇਰੀ ਮੈਂ ਤਾਂ ਕਿਉਂ ਸਭ ਦਰੋ ਰਦੀ। ਓਏ ਸਭ ਦਰੋ ਰਦੀ, ਮੈਂ ਉਹਨਾਂ ਤੂੰ ਪੈਸੇ ਲੈਣੇ ਆ ਨੂੰ। ਹੁਣ ਮੈਨੇ ਸਗਲੀ ਗੱਲ ਦਾ ਨਹੀਂ ਪਤਾ, ਮੈਂ ਤਾਂ ਤੰਦ ਦੱਸਿਆ ਬਲੋ ਸਭ ਦਰੋ ਦੀ ਕਣਕ ਉੱਥੇ ਪਈ ਹੈ। ਹੁਣ ਮੈਂ ਅਗਲੀ ਗੱਲ ਦਾ ਨਾ ਪਤਾ ਵੀ ਤੇਰੀ ਕਣਕ ਤੂੰ ਜਾ ਯਾਰ ਲੁੱਟ ਗਈ ਹੈ। ਤਾਰੇ ਵਾਲਾ ਮੱਥੇ ਲੱਦਾ ਥੰਮੀ ਨਾਲ ਤੋਂ ਤੜਮਾ ਅੱਜ ਮੈਨੂੰ ਤਤਰਿਆ, ਜਿਹੜਾ ਬੰਦਾ ਤਤਰੇ ਹੋਵੇ ਮੈਨੂੰ ਹੈ ਉਹ ਬੰਦਾ ਸੱਥਿਆ, ਮੈਨੂੰ ਪਤਾ ਲੱਗ ਜਾਵੇ ਨਾ ਵੀ ਮੈਨੂੰ ਤੜਮਾ ਤਤਰਿਆ ਤੇਰਾ। ਉਹ ਸੱਚ ਮੇਰੇ ਬੇਲੀ ਆਥਿਆ ਆਪਣਾ ਯੂਥੇ ਵਾਲੇ ਗੁਲਾਮ ਰਬਾਨੀ ਮੈਨੂੰ ਸਹੀ ਆਥਿਆ ਵੀ ਕਿਸੇ ਤੇ ਭਰੋਸਾ ਨਾ ਤਾਰ ਤੱਲੂ, ਨਾ ਮੈਂ ਸਦਾ ਤਾਂ ਫਾਈ ਦੀ ਮੰਨੀ, ਨਾ ਮੈਂ ਉਸ ਆਥਿਆ ਇਮਰਾਨ ਤਾਹਿਰ ਦੀ ਮੰਨੀ, ਤੇ ਨਾ ਮੈਂ ਤਾਂ ਇਸ ਦੀ ਦਾਲ ਮੰਨੀ। ਹੁਣ ਮੈਂ ਜਾਣਾ ਨਾ ਉਹਨਾਂ ਨਾਲ ਨਾ ਲੋੜ ਦਈਏ ਤਾਂ ਤੁਹਾਡੀ ਲੋੜ ਦਈਏ, ਮੇਰਾ ਤੇਰਾ ਕਸੂਰ ਹੈ, ਮੈਂ ਤਾਂ ਪੈਸੇ ਦਿਓ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ, ਕੀ ਹਾਲ ਹੈ? ਠੀਕ ਠਾਕ। ਕਿਦੇ ਗਿਆ ਮਾਮਾ? ਅੱਬਾ ਬਾਹਰ ਨਿਕਲਿਆ ਹੈ ਬਾਬੂ। ਬੁਲਾਵਾ ਜਰਾ। ਅਭੀ ਤਾਂ ਬਾਹਰ ਕੰਮ ਗਏ ਨਾ ਆਉਣ ਵਾਲੇ ਹਨ। ਹੋਰ ਖੈਰ ਮੀਆਂ ਰੇ? ਠੀਕ ਠਾਕ ਬਾਬਾ, ਅੱਲਾ ਪਾਕ ਦਾ ਸ਼ੁਕਰ ਹੈ। ਅਸਾ ਠੀਕ ਹੈ, ਤਬੀਅਤ ਹੀ ਠੀਕ ਹੈ। ਤੁਸੀਂ ਸੁਣਾਓ, ਖੈਰ ਹੀ ਖੈਰ ਹੀ ਆਇਓ? ਸ਼ੁਕਰ ਹੈ। ਕੰਮ ਆ ਜਰਾ ਮਾਮੇ ਨਾਲ? ਹਾਂ। ਤੇ ਮੈਂ ਕਿਹਾ ਚਲੋ ਇੱਥੋਂ ਲੱਗਿਆ, ਮੈਂ ਕਿਹਾ ਚਲ ਹੋਈ ਜਾਵਾਂ। ਅੱਛਾ। ਨਾਲੇ ਉਹਨਾਂ ਨਾਲ ਕੋਈ ਖਾਸ ਕੰਮ ਆਈ ਤੇ ਮੈਂ ਕਿਹਾ ਚਲ ਜਰਾ ਸਲਾਮ ਦੁਆ ਵੀ ਹੋਵੇ ਸੀ, ਬੜੇ ਦੇ ਹੋ ਗਏ ਆਇਆਂ ਨੂੰ, ਤੇ ਮੈਂ ਕਿਹਾ ਚਲੋ ਹੋਵਾਂ ਮੈਂ ਜਾ ਕੇ। ਚਲੋ ਖੈਰ ਹੋਵੇ, ਆਓ ਆਇਆ ਚਲੋ ਤੇਰਾ ਬਾ। अस्सलाम वालेकुम। वालेकुम अस्सलाम मामा जी, क्या हाल है? ठीक हो? खैर मी आले की ने मेरा बढ़िया खैर है। क्या बीता से? हां कोई अच्छा बाबा चाय बनाई नहीं? हां कोई नहीं चाय। अच्छा और थोड़ो करो, कोई नहीं चाय दे। नाश्ता कर? बिल्कुल खा। नहीं नहीं कर, कोई नहीं बस हो गया। चाय तो पी ना। चल चाय बनाई नहीं बाबा, मैं दुकान पे। अच्छा तू जा। खैर और सब खैर मी आले? खैर मी आले हर बार अल्लाह का करम है। अच्छा सुना मामा, मैं आया मैं तेरे को एक काम। बिस्मिल्लाह बढ़िया है, तेरा अपना घर में काम है कि नहीं? दा काम करा की वे काल है के मेरा बिरा है छोटा। अच्छा अच्छा अच्छू अच्छू, अच्छू बढ़िया। जी हां जी हां। हां वो लाहौर होता है, वो उठे है मस्जिद इमाम। वाह अल्लाह पाक मनु बे माशाल्लाह बड़ा सारा होगी ते मेरा भी, मैं सोचा यार हुन एदा फर्ज भी अदा कर देया। हां ते वड्डा बैठा ना पग पग बैठी है, ਤੇਰਾ ਹੱਕ ਬਣਦਾ। ਮੈਂ ਆਇਆ ਤੇਰੇ ਹਾਲ ਕਿ ਮੇਰੀ ਤੇ ਹੀ ਤੇਰੇ ਵਾਸਤੇ ਹਾਲ, ਤੇਰੇ ਹਾਲ ਅੱਲਾ ਵਾਸਤੇ ਜੋਲੀ ਜੇ ਮੈਨੂੰ ਰਿਸ਼ਤਾ ਚ ਦੇਵੇਂ। ਅੱਛਾ ਤੇ ਮੈਂ ਆਲਾ ਕੀ ਬਾਤ ਹੈ ਪੁੱਤਰ, ਬਤਰੀਏ ਬਣੇ ਇਹ ਰਿਸ਼ਤੇ ਹੁੰਦੀ ਨਾ ਖਾਣ। ਸਦੋ ਮੇਰੀ ਧੀ ਨੂੰ ਸਦੋ, ਮੈਂ ਮੁੜ ਸਿਰ ਤੇ ਹੱਥ ਰੱਖੀ ਜਾਵਾਂ। ਠੀਕ ਮੈਂ ਦੁਆ ਖੈਰ ਦੀਆ ਨਾ ਤੇ ਮੈਂ ਸਾਧ ਲੈਣਾ ਆਖੋ। ਯਾ ਅੱਲਾ ਇਹ ਰਿਸ਼ਤਾ ਮਨਜ਼ੂਰ ਕਰੇ ਯਾ ਅੱਲਾ ਮੇਰੀ। ਤੇਰਾ ਰਿਸ਼ਤਾ ਤੈ ਹੋ ਗਿਆ, ਅੱਬਾ ਦੁਆ ਖੈਰ ਆ ਕੇ ਦਿੰਦਾ ਪਿਆ ਭਾਈ ਸਦੀਕ ਨੂੰ।
ਛੱਡਨੀ ਪਰ ਕਹਿ ਕਰਨੀ ਮੈਂ ਮੈਂ ਇਸ ਹਾਲਤ ਨਾਲ ਮੇਰੇ ਕਿਸਮਤ ਹੈ ਮਾਮੇ ਦੇ ਘਰ ਰਿਸ਼ਤਾ ਹੁੰਦਾ ਪਈ ਮਲਵੇਰ ਆਇਆ ਬੈਠਾ ਹੀ ਵੱਡਾ ਕਿਹੜਾ ਮਾਮਾ ਮੈਂ ਤਾਂ ਯਾਦ ਵੀ ਕਿਹ ਨਹੀਂ ਵੀ ਕਿਹੜੇ ਹਨ ਤੇ ਕਿਹੜੇ ਨਹੀਂ ਉਹਦੇ ਰਹਿ ਨਹੀਂ ਕੋਈ ਨਹੀਂ ਨਹੀਂ ਭਾਉ ਸਦੀਕ ਆਇਆ ਬੈਠਾ ਸਦੀਕ ਆਪਾਂ ਦੁਆ ਖੈਰ ਆਉਂਦਾ ਬੈਠਾ ਤੇਰਾ ਰਿਸ਼ਤਾ ਪੱਕਾ ਹੋ ਗਿਆ ਮੈਂ ਤਾਂ ਇਹ ਖੁਸ਼ੀ ਆਈ ਮੈਂ ਕਿਹਾ ਪਹਿਲੇ ਮੈਂ ਭੈਣ ਨੂੰ ਦੱਸਿਆ ਉਹ ਤਾਂ ਹੁਣ ਜਲਦੀ ਜਲਦੀ ਚਾਹ ਬਣਾ ਲਵਾਂ ਠੀਕ ਹੈ ਉਹ ਮੇਰੀ ਹੁਣ ਬਹਿ ਗਈ ਤੇ ਗੱਲ ਸੁਣੀ ਜਾਵੇ ਜੀ ਦੱਸ ਸ਼ੁਕਰ ਹੈ ਮੁੜ ਜੇ ਮੇਰਾ ਹੋ ਗਿਆ ਤਾਂ ਮੈਥੋਂ ਪਿੱਛੇ ਹੁਣ ਤੂੰ ਠੋ ਕਰ ਲੈਵੀਂ ਮੈਂ ਕਰ ਲਈ ਸਾ ਜਿਸ ਦਿਨ ਤੇਰਾ ਹੋ ਗਿਆ ਤੇ ਵੀ ਮੁੱਕੀ ਠੀਕ ਹੋ ਗਿਆ ਚਾਹ ਬਣਾਉਣਾ ਰਿਸ਼ਤੇ ਪੇ ਹੁੰਦੇ ਨੇ ਪਤਾ ਨਹੀਂ ਉਹਨਾਂ ਮੇਰੇ ਨਾਲ ਕਰਨਾ ਕੀ ਹੈ ਮੈਨੂੰ ਤਾਂ ਆਪ ਕਾ ਨਹੀਂ ਸਮਝ ਮੈਂ ਅੱਗੇ ਹੁਣ ਤਾਂ ਮੈਂ ਉਹਨਾਂ ਨੂੰ ਕੋਈ ਨਾਮ ਦਿੱਸੀ ਹੁਣ ਯਕਦਮ ਮੇਰਾ ਰਿਸ਼ਤਾ ਲੈਣ ਆ ਜਾਣਾ ਚੁੱਲ੍ਹਾ ਸਾਰਾ ਦੇ ਦਿੱਤਾ ਕੱਟ मैं तो मानू ओदा रिश्ता मंगया भी तो मेरी धी है ते फरजाना हो गई फरजाना तो मेरी धी है मेरी पग वड्डी धी मेरी है मैं तो रिश्ता मंगया ओदा ना पहले एदा करे सा पीछे मानूर दा करे सा मैं तो रिश्ता मंगया ओदा मैं तो एदा रिश्ता नहीं लेना उठ चल चल फुट मर्जी है तुम्हारी हां चल चल धीया ते हाथ रखने हैं गल करनी है कि एदा ना थी हो गया ए मेरी दी नहीं मेरा कलेया नहीं ठीक है ना रो मेरे पुत्र अल्लाह पाक सोना सवाब और बड़ा छोड़े सी ना 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 रो मेरी वजह तू मेरी बहन मेरी बहन कण जो आमदे पे रब किस्मत जरा खोलता पे घर बनाने दे पहले मैं तेरा हूं मेरा अपनी मुथाजी दी कोनी टेंशन रांदी हूं मेनू उंदी बाली बनी पई नहीं नहीं अल्लाह पाक तेरा इंशाल्लाह एडा सोना रिश्ता करे सी ना ते सारी जिंदगी तो खुश हो के जिंदगी गुजरे से कोई सावी वाले माया नूरो कोई सावी वाले माया ओजनू मिल सकदी ओ कर फोन ते गल माया अज सिद्धू साथिया मसेरो टुरी होई ए माई बाहर होवन गई आ मु ते घर वेंदी पईया है घर वेंदी पईया तेन मैं आछा ना भड़िए ना बाहर अंदर निचली तर आछर तू साडी इज्जत तसलीफ होंदी ए मैं तेरी केड़ी इज्जत आ अच्छा जेड़ियां अग्गे दो हुरा नहीं हो तेरीया इज्जत मैं तो तेरी खाली मसेर आ अच्छा नूरो तेरे नाल इत बड़ी जरूरी गल करनी खैर हो इंशाल्लाह खैर तन पता है मेरा चंदा भला कारोबार है तल्लू आड़तिया मशहूर है ए भी पता है इलाके दे विच ढाट तोलना नहीं चाचे नाल दाल तरा ए अपना तेरे रिश्ते दी हेलो मैं अगे तो सुन दी वदिया मुंह ते मैं दिया मुंह कूड़े पिया आज तो मेरी सहेली तोड़ू तेरे घरू पता करके आई है जेड़ी पहले दो परने होए उन्हें किदे करनी है मैं तो तेरे नाल शादी कोई नहीं हूं करनी नहीं तो उसे मिट्टी पिया चटेंदियां नु ठांदियां नहीं पईयां ओ खांदियां पईयां ना ओ तेरीयां पसंद दियां मैं शादी कोई नहीं तेरे नाल करनी ओ तू मैं पसंद है तड़मिया तेरी मेहरबानी मैं किसी दी जूतियां दे थल्ले लग के नहीं रहण वाली नूरो ठीक है ना तू आखे भैया मैं परना के लाए जावा तू ना दो हूरा दी गुलामी करे मैं उना दी क्यों नौकर बन के रहवा हां तू मेरी दाल दी इजाजत ले मेरा मेरी दाल पहले मेरी छोड़ दे उना दी इजाजत लाए के ता तू मेरे तेरा आया करे से ओ हूरा अपनी संभाल के रख मैं ते शादी उस नाल करनी है जेड़ा सिर्फ मेरा हो सी ते मेरी बहन मुथाज नु नाल मैं लेके जा सते ओ उस दी केयर करे सी ओ मुड़ तो ही भी नु होना जेड़ा एड़ा नेक ते चंदा होवे जेड़ा ओनु भी रखे नाल सारी उम्र वास्ते शादी करनी सिर्फ मेरा हो सटना
ਮਸੇਰੇ ਤਾਂ ਆਪਣੇ ਘਰੇ ਚਾ ਲਈ ਅੱਛਾ ਉਹ ਨਾਲ ਪਰਨੀ ਜਾਨੀ ਜਿਹੜੇ ਸਾਰੀ ਉਮਰ 5 ਕਿਲੋ ਆਟਾ ਲੈਂਦੇ ਵੇ ਤੇ ਕਿਰਾਨੇ ਵਾਲੀ ਦੁਕਾਨ ਤੋਂ ਹੈਲੋ ਅੱਜ ਆਟੇ ਦਾ ਕੀ ਰੇਟ ਹੈ ਅੱਜ 150 ਦਾ ਕਿਲੋ ਚੱਪਰ ਅੱਜ 150 ਦਾ ਕਿਲੋ ਉਹ ਚਦਾਲਾ ਉਹ ਟੁੱਟੀ ਹੋਈ ਚਦਾਲਾ 38 ਤੱਲੂ 2 ਸਾਲ ਵੀ ਪੁਰਾਣੇ ਦਾਣਿਆਂ ਨੂੰ ਸੀਵੀ ਲੱਦੇ ਹੋਏ ਨੇ 4 ਪਾਏ ਹੁੰਦੇ ਨੇ ਮੇਰੀ ਸੁਣ ਮੈਨੂੰ ਉਹ ਜਾਣੇ ਉਹ ਪਾਈ ਆਟੇ ਦਾ ਹੀ ਲੈ ਲੈ ਸੈਂ ਨਾ ਉਹ ਮੈਨੂੰ ਮਨਜ਼ੂਰ ਹਨ ਜਿਹੜੇ 10 ਥਾਰੇ ਵੰਡੇ ਕੋਈ ਨਾ ਸਾ ਠੱਕ ਪਰ ਰਾਹ ਚੇਨ ਦਾ ਤੱਲੂ ਤੂੰ ਲੋਕਾਂ ਨੂੰ ਜਵਾਬ ਦੇਣਾ ਹੈ ਅੱਜ ਤੈਨੂੰ ਮੈਂ ਨੂਰੋ ਛਾਂਟ ਤੇ ਵਾਦਈ ਹੈ ਪਰ ਸੋਈ ਦਾਲ ਨਹੀਂ ਨੂਰੋ ਫਿੱਟ ਦੇ ਤੈਨੂੰ ਮੈਂ ਯਾਦ ਹੁਸਾਂ ਜਦੋਂ ਸਰਦੀਆਂ ਹੀ ਧੁੰਦਾ ਪਈਆਂ ਹੋਈਆਂ ਸੈਂ ਤੁਹਾਡੇ ਘਰ ਆਟਾ ਥੋਈ ਨਾ ਸੀ ਉਦੋਂ ਆਵੀ ਮਣ ਦਾਣਿਆਂ ਦਾ ਸਦੇ ਅੱਬਾ ਪਿਆਂ ਦਾ ਉਤਲੇ ਮਹੀਨੇ ਤੈਨੂੰ ਪੈਸੇ ਦੇਸਾਂ ਉਸ ਵੇਲੇ ਮੈਂ ਤੈਨੂੰ ਅੰਦਰ ਬਹਾਤ ਚਾਹ ਤੇ ਲੱਡੂ ਮੰਦੇ ਸਾਂ ਤੇਰੇ ਸਾਹਮਣੇ ਲੋਤਾਂ ਨੂੰ ਥਮ ਅਸਲਾਮ ਅਲੈਕੁਮ ਜੀ ਮਾਮਾ ਜੀ ਕੀ ਹੈਗਾ ਮਿਲਿਆ ਤੁਹਾਨੂੰ ਕੀ ਬਣਿਆ ਮਾਮਾ ਕੀ ਬਣਿਆ ਅੱਲਾ ਪਾਕ ਤੁਹਾਨੂੰ ਹੁਸਨ ਦਿੱਤਾ ਪੈਸਾ ਦਿੱਤਾ ਅੱਲਾ ਪਾਕ ਤੁਹਾਨੂੰ ਮਸਜਿਦ ਦੇ ਖਿਦਮਤ ਗਾਲ ਸੁਣ ਲੱਗੇ ਖਿਦਮਤ ਕਰਨ ਦਾ ਮੌਕਾ ਦਿੱਤਾ ਯਾਰ ਕਿਸੇ ਦੀ ਧੀਆਂ ਭੈਣਾਂ ਨੂੰ ਤੁਹਾਨੂੰ ਇਹ ਨਹੀਂ ਦੱਸਿਆ ਵੀ ਧੀਆਂ ਭੈਣਾਂ ਦਾ ਕੋਈ ਹੱਕ ਨਹੀਂ ਮਾਮਾ ਕੀ ਬਣਿਆ ਕੀ ਮੈਨੂੰ ਕਾਹੀ ਸਮਝ ਨਹੀਂ ਪਈ ਮੈਂ ਤੂੰ ਕਿਵੇਂ ਗੱਲ ਕਰਦਾ ਪਿਆ ਵਿਰਾਨ ਦੱਸੇ ਮੈਨੂੰ ਵਿਰਾਨ ਨੂੰ ਗਲਿਆ ਯਾਰ ਹਾਂ ਹੈ ਜਿਹੜਾ ਮੇਰਾ ਘਰ ਆਇਆ ਹਾਲ ਤੈਨੂੰ ਕੋਈ ਨਹੀਂ ਦੱਸਿਆ ਸੁ ਨਹੀਂ ਮੈਨੂੰ ਤਾਂ ਟਕਰਿਆ ਹੀ ਕੋਈ ਨਹੀਂ ਹਾਲੇ ਹੁਣ ਤਾਂ ਮੈਨੂੰ ਛੰਡ ਕੇ ਆਇਆ ਕੀ ਬਣਿਆ ਮੇਰੀ ਧੀ ਤੇ ਨਾਂ ਰੱਖ ਕੇ ਆਇਆ ਮੇਰੀ ਦੁਆ ਖੈਰ ਕੀਤੀ ਹੋਈ ਤਾਂ ਆਖੇ ਮੈਂ ਨਹੀਂ ਲੈਂਦਾ ਕਿਉਂ ਪਤਾ ਨਹੀਂ ਕਿਸ ਵਾਸਤੇ ਨਹੀਂ ਲੈਂਦਾ ਮੈਂ ਦੱਸ ਤਾਂ ਸਹੀ ਗੱਲ ਕੀ ਬਣੀ ਕੀ ਬਣਿਆ ਤੇ ਮੈਂ ਗਲਿਆ ਉਹਨੂੰ ਤੇਰੇ ਹਾਲੋਂ ਫਰਜ਼ਾਨਾ ਨੂੰ ਵੇਖੇ ਫਰਜ਼ਾਨਾ ਮਜ਼ਦੂਰ ਹੈ ਉਹ ਮੇਰੀ ਧੀ ਨਹੀਂ ਹੈ ਹੈ ਮੇਰੀ ਮਲਵੇਰ ਹੈ ਤੇਰੀ ਮਲਵੇਰ ਹੈ ਤਾਂ ਛੰਡ ਕੇ ਆਇਆ ਸਕ ਮਜ਼ਦੂਰ ਨੂੰ ਮੈਂ ਨਹੀਂ ਲੈਣਾ ਕਿਉਂ ਮਿਹਰਬਾਨੀ ਸਮਝ ਆਈ ਤੂੰ ਸਾਥ ਇੱਕੋ ਇੱਕ ਮਾਮਾ ਹੈ ਤੇ ਚੋਂ ਬਹਿਣਾ ਤੇ ਇੱਕੋ ਇੱਕ ਹੈ ਤੂੰ ਤੇ ਮੈਨੂੰ ਤੂੰ ਬਹੁਤ ਪਿਆਰਾ ਹੈ ਠੀਕ ਜਾਮ ਭਾਈ ਸਦੀਕ ਜੀ ਘਰ ਕੋਈ ਨਾ ਮੈਂ ਤੇਰੀ ਇੰਤਜ਼ਾਰ ਕਰਦਾ ਰਿਹਾ ਉੱਥੇ ਬਹਿ ਕੇ ਮੈਂ ਕਿਹਾ ਯਾਰ ਕਮਾਦ ਨੂੰ ਫੇਰਾ ਸ਼ੇਰਾ ਮਾਰਿਆ ਵਾਂ ਤੇ ਹੁਣ ਮਾਸ਼ਾਅੱਲਾ ਕਮਾਦ ਨਿਕਲ ਆਏ ਔਰ ਆਵੇਂ ਨਾ ਤੇਰਾ ਫੇਰਾ ਮਾਰਿਆ ਵਾਂ ਲੈ ਸੁਣਾ ਮੁੜ ਮਾਮੇ ਹਾਲ ਜੁ ਗਿਆ ਮੋ ਕੀ ਬਣਾਏ ਮਾਮੇ ਹਾਲ ਮੈਂ ਗਿਆ ਮੀ ਮੈਂ ਮੰਗਿਆ ਹੀ ਉਹਦੇ ਕੋਲੋਂ ਮਾਨੂਰ ਦਾ ਰਿਸ਼ਤਾ ਉਸ ਮੈਨੂੰ ਦਿਖਾਈਏ ਫਰਜ਼ਾਨਾ ਤੇ ਉਹ ਤੇ ਹੋਈ ਮਾਜ਼ੂਰ ਉਹ ਖੁਦਾ ਤੈਨੂੰ ਮਦੀਨੇ ਲੈ ਜਾਵੇ ਹਾਂ ਓਏ ਅੱਲਾ ਦੇ ਬੰਦਿਆ ਉਹ ਇਨਸਾਨ ਨਹੀਂ ਤੂੰ ਮੈਂ ਇੱਥੋਂ ਪੁੱਛ ਤਾਂ ਸਹੀ ਪਹਿਲੇ ਆ ਕੇ ਉਹ ਮਾਮੇ ਨੂੰ ਤੂੰ ਛੱਡਿਆ ਰੋਂਦੇ ਪੈ ਨੂੰ ਦੁਆ ਖੈਰ ਕਰਕੇ ਤੇ ਹਟ ਕੇ ਜਵਾਬ ਦੇ ਕੇ ਤੂੰ ਆ ਗਿਆ ਤੈਨੂੰ ਜ਼ਰੀ ਨਹੀਂ ਅਹਿਸਾਸ ਆਇਆ ਤੂੰ ਜ਼ਰੀ ਨੂੰ ਅੱਲਾ ਕੋ ਡਰਿਆ ਉਹ ਖੁਦਾ ਦੇ ਬੰਦਿਆ ਇਹੋ ਜਿਹੇ ਰਿਸ਼ਤੇ ਨਸੀਬਾਂ ਨਾਲ ਲੱਭਦੇ ਮੇਰੇ ਕੋਲ ਪੁੱਛ ਤਾਂ ਸਹੀ ਤੂੰ ਕਿਉਂ ਜਵਾਬ ਦੇ ਕੇ ਆ ਗਿਆ ਤੂੰ ਮੈਂ ਤੇ ਜਵਾਬ ਇਸ ਵਾਸਤੇ ਦਿੱਤਾ ਹੈ ਬਈ ਉਹ ਮਾਜ਼ੂਰ ਹੈ ਮੈਂ ਤਾਂ ਮਾਜ਼ੂਰ ਲੈਣੀ ਕੋਈ ਨਾ ਮੈਂ ਮਾਜ਼ੂਰ ਮੈਂ ਉਹਵਾ ਲੈਣੀ ਹੈ ਚਲੋ ਜੀ ਅੰਮੀ ਸਮਝ ਆਈ ਇਹਦੇ ਵਿੱਚ ਅੱਲਾ ਵੀ ਰਾਜ਼ੀ ਅੱਲਾ ਦਾ ਰਸੂਲ ਵੀ ਰਾਜ਼ੀ ਹੈ ਅਸੀਂ ਬਹਿ ਕੇ ਮਸਜਿਦ ਦੇ ਬਹਿ ਕੇ ਮਸਲੇ ਕਰਨੇ ਆ ਹੈ ਮਾਜ਼ੂਰ ਹੈ ਦਿਲ ਕੋਈ ਨਹੀਂ ਉਹਦੀ ਇੱਜ਼ਤ ਨਹੀਂ ਉਹਦੀ ਧੀ ਨਹੀਂ ਮੈਂ ਉਹਦੀ ਖਿਦਮਤ ਆਪੇ ਕਰ ਲਈ ਸਾਂ ਗਿਆ ਠੀਕ ਹੈ ਜੀ ਤੈਨੂੰ ਮਨਜ਼ੂਰ ਹੈ ਤੇ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਜਾਂਦਾ ਪਿਆ ਮਾਮੇ ਆਲੋ ਮੈਂ ਕੀ ਕਰਨਾ ਹੈ ਜੀ ਮੈਂ ਆਪਣੀ ਭੈਣ ਦੇ ਰਸਤੇ ਦੀ ਰੁਕਾਵਟ ਬਣੀ ਪਈ ਆ ਉਹਦਾ ਵੀ ਕੋਈ ਨਹੀਂ ਮੇਰੀ ਵਜ੍ਹਾ ਤੋਂ ਕੋਈ ਚੰਗਾ ਘਰ ਬਣਦਾ ਪਿਆ ਚਲੋ ਠੀਕ ਜਿੰਦਿਆਂ ਨਹੀਂ ਨਾ ਬਣੇ ਮੇਰੇ ਮਰ ਗਿਆ ਤਾਂ ਕਰ ਲਈ ਸੀ ਨਾ ਪਿਓ ਹੈ ਤਾਂ ਉਹ ਵੀ ਅੜੀ ਤੇ ਖਲਾ ਹੈ ਭੈਣ ਹੈ ਤੇ ਉਹ ਵੀ ਅੜੀ ਤੇ ਖਲੀ ਹੈ ਮੈਂ ਕੀ ਕਰਾਂ ਮੈਂ ਰੱਬ ਮਜ਼ਦੂਰ ਬਣਾਇਆ ਅੱਜ ਇਹਦਾ ਮਾਲ ਕੱਢਣੀ ਆ ਫਜ਼ਾਨਾ ਪਾਗਲ ਤਾਂ ਨਹੀਂ ਹੋ ਗਈ ਕੀ ਹੋ ਗਿਆ ਤੈਨੂੰ ਇਹ ਕਿਉਂ ਪੀਂਦੀ ਪਈ ਸਪਰੇ ਹਾਂ ਕੀ ਕਰਾਂ ਨੂਰੋ ਤੇਰੇ ਰਸਤੇ ਦੀ ਮੈਂ ਰੁਕਾਵਟ ਬਣੀ ਪਈ ਆ ਜਿਹੜਾ ਵੀ ਹੁੰਦਾ ਮੇਰੀ ਵਜ੍ਹਾ ਤੂੰ ਤੇਰਾ ਵੀ ਨਹੀਂ ਘਰ ਬਣਦਾ ਪਿਆ ਮੈਂ ਲਾਰਤ ਵੀ ਜਿਹਦੀ ਹੋਈ ਜੀ ਸ਼ਾਦੀ ਤੇ ਮੈਂ ਨਹੀਂ ਕਰਨ ਦੀ ਸ਼ਾਦੀ ਤੂੰ ਮੇਰੀ ਵਜ੍ਹਾ ਤੂੰ ਇਹ ਕੰਮ ਨਾ ਕਰ ਮੈਂ ਨਹੀਂ ਪਰਨੀਂਦੀ
मैं सारी जिंदगी प्योर बहुत कुआरी बैठी रहा सा पर मैं तुम्हारी खिदमत करे सा मैं नहीं जरूरत शादी दी मैं करनी भी नहीं अगर तू मेरी वजह तो स्प्रे पीनी पई है मेरे माफ कर चढ़ मैं रब मजदूर बनाया पर मैं तेरी भूम तेरी वास्ते मुश्किल बनी पई है बहना कभी बहना तो मुश्किल नहीं होती उर्मिंदर वेख अखी बैठ के गल कर बहना कभी नहीं बोझ हुई ना बहना वास्ते रुकावट आती है ये सारी किस्मत की गल आती है अगर मेरी शादी होनी हो गई सी नहीं तो मैं कोई नहीं करनी आज तो बारी जो घटिया काम नहीं करना घर आया तेरे को घर आवन का कमेंट छोड़े ही नहीं मेरे जख्मा ते निमक सके ओ मेंडे चा मेनू आ मीने एक वेरी मोड़ा आखे ना मेरे तक कन्ना नहीं सुनया अब्बा एक मिनट अच्छू अब्बा तैनु पता है इतने साल हो गए ना असि निक्के निक्के आसे अच्छू ते मैं असि सारे रल के खेड़दे आसे ते उस तो बाद आज अच्छू साडे घर आया बैठा हुन चुप करके प्यार नाल अब्बा दी गल ता सुन दो मामा मैनु एस तो बड़ी होर खुशी की है अल्लाह भी राजी अल्लाह दा रसूल भी राजी मेरा ए दिल के फरजाना तेरी हो शुक्र है मेरे मालिक का लेकिन मैं नूर दा रिश्ता तेरे नाल मेरी दिली ख्वाहिश है कि मेरी धी जी फरजाना ये तेरे नाल जाए क्योंकि दो भैन जी एक घर खुश रहती उस तो बगैर नहीं रही उस तो बगैर नहीं